हां जी सत श्री अकाल दोस्तों, आज मैं तुहाडे सामने सतिंदर सरताज ते नीरू बाजवा दी नवी रिलीज हुई फिल्म शायर दी कलेक्शन लेके आया। शायर फिल्म नू इंडिया दे विच तां काफी शानदार रिस्पांस देखन नू मिल रहा है, ओथे ही बाहर दे देशां विच भी यह फिल्म काफी शानदार कमाई कर रही है। इस फिल्म नू अज 10 दिनां दे करीब समां ਰਿਲੀਜ਼ ਹੋਈ ਨੂੰ ਹੋ ਚੁੱਕਾ ਹੈ ਤੇ ਪੂਰੇ 10 ਦਿਨਾਂ ਵਿੱਚ ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਫਿਲਮ ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ, ਬਜਟ, ਸਕਰੀਨ, ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ। ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਗੱਲ ਕਰਦੇ ਹਾਂ ਸ਼ਾਇਰ ਫਿਲਮ ਬਾਰੇ, ਜਿਸ ਦੀ ਸਟੋਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਸਤਿੰਦਰ ਸਰਤਾਜ ਦੀ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ। ਸ਼ਾਇਰ ਫਿਲਮ ਦੇ ਜੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 6 ਕਰੋੜ ਦੇ ਕਰੀਬ ਹੈ। ਸ਼ਾਇਰ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ, ਇਟਲੀ, ਦੁਬਈ, ਆਸਟ੍ਰੇਲੀਆ ਤੇ ਯੂਕੇ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਹ ਫਿਲਮ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਡਾਇਰੈਕਟ ਉਦੇ ਪ੍ਰਤਾਪ ਸਿੰਘ ਨੇ ਕੀਤਾ ਹੈ ਤੇ ਪ੍ਰੋਡਿਊਸ ਸੰਤੋਸ਼ ਸੁਭਾਸ਼ ਨੇ ਕੀਤਾ ਹੈ। ਸ਼ਾਇਰ ਫਿਲਮ ਨੂੰ ਟੋਟਲ ਵਰਲਡ ਵਾਈਡ 1000 ਦੇ ਕਰੀਬ ਸਕਰੀਨਸ ਮਿਲੀਆਂ। ਉੱਥੇ ਹੀ ਜੇ ਅਸੀਂ ਇਸ ਫਿਲਮ ਦੀ ਹੁਣ ਤੱਕ ਦੀ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 1 ਕਰੋੜ ਤੇ 60 ਤੋਂ 65 ਲੱਖ ਦੇ ਕਰੀਬ ਕਮਾਏ ਸਨ ਤੇ ਦੂਸਰੇ ਦਿਨ ਇਸ ਨੇ 1 ਕਰੋੜ ਤੇ 90 ਲੱਖ ਦੇ ਕਰੀਬ ਕਮਾਏ ਤੇ ਪਹਿਲੇ 4 ਦਿਨਾਂ ਵਿੱਚ ਇਸ ਫਿਲਮ ਨੇ ਟੋਟਲ ਵਰਲਡ ਵਾਈਡ 6 ਕਰੋੜ ਤੋਂ ਵੱਧ ਦੀ ਕਲੈਕਸ਼ਨ ਵੀ ਪੂਰਾ ਕਰ ਲਿਆ ਸੀ। 8 ਦਿਨਾਂ ਦੇ ਵਿੱਚ ਇਸ ਫਿਲਮ ਨੇ 9 ਤੋਂ 12 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ 9ਵੇਂ ਦਿਨ ਇਸ ਫਿਲਮ ਨੇ 30 ਤੋਂ 35 ਲੱਖ ਦੇ ਕਰੀਬ ਕਮਾਈ ਕੀਤੀ ਤੇ ਆਪਣੇ 10ਵੇਂ ਜਾਣੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡ ਵਾਈਡ 15 ਤੋਂ 20 ਲੱਖ ਦੇ ਕਰੀਬ ਕਮਾ ਰਹੀ ਹੈ। ਜਾਣੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡ ਵਾਈਡ ਲਗਭਗ 13 ਤੋਂ 14 ਕਰੋੜ ਦੇ ਕਰੀਬ ਕਲੈਕਸ਼ਨ ਵੀ ਪੂਰਾ ਕਰ ਚੁੱਕੀ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ। ਸੋ ਇਹ ਸੀ ਸਤਿੰਦਰ ਸਰਤਾਜ ਦੀ ਸ਼ਾਇਰ ਫਿਲਮ ਦੀ ਫਸਟ 10 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ। ਬਾਕੀ ਤੁਹਾਡੇ ਵਿੱਚੋਂ ਕੌਣ ਕੌਣ ਇਸ ਫਿਲਮ ਨੂੰ ਦੇਖ ਚੁੱਕਾ ਹੈ ਇਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਸ ਨੇ ਵੀ ਹਜੇ ਤੱਕ ਇਹ ਫਿਲਮ ਨਹੀਂ ਦੇਖੀ ਤਾਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ। ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜ੍ਹੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਿਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।